ਪਤਾ ਕੀ ਹੋਇਆ ਸੀ ਕੱਲ ਅਸੀਂ ਸਾਰੇ ਇਕੱਠੇ ਹੋ ਗਏ ਉੱਥੇ ਗਏ ਸੀ ਔਰ ਜਿਹੜਾ ਡਿਪਟੀ ਕਮਿਸ਼ਨਰ ਦਾ ਐਟੀਟਿਊਡ ਸੀ ਉਹ ਬੜਾ ਸ਼ਰਮਨਾਕ ਔਰ ਬਹੁਤ ਕਠਿਨ ਪਹਿਲੀ ਗੱਲ ਤਾਂ ਤੁਸੀਂ ਜੇ ਗਾਈਡਲਾਈਨ ਦਿਓਗੇ ਅਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਜਾਂ ਪੰਜਾਬ ਗਵਰਨਮੈਂਟ ਦੀ ਮੈਂਬਰ ਪਾਰਲੀਮੈਂਟ 'ਚ ਕੀ ਨੰਬਰ ਦਿਓਗੇ ਪ੍ਰੋਪਰ ਪੋਲਿਟੀ ਔਰ ਚੀਫ ਸੈਕਟਰੀ ਜਿਹੜਾ ਉਹ 23 ਨੰਬਰ ਦਿਓਗਾ ਸਟੇਟਾਂ ਅਤੇ ਜਿਹੜਾ ਡੀ ਸੀ ਉਹ ਪਤਾ ਨਹੀਂ ਕਿੱਥੇ ਆਉਂਦਾ ਜਿਸ ਵੇਲੇ ਦਿਸ਼ਾ ਕਮੇਟੀ ਦੀ ਮੀਟਿੰਗ ਹੁੰਦੀ ਉਹਦੇ ਵਿੱਚ ਗਾਈਡਲਾਈਨ ਨੰਬਰ ਜਿਹੜੀ ਟੇਬਲ 2 ਆ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਜਿਸ ਵੇਲੇ ਮੈਂਬਰ ਪਾਰਲੀਮੈਂਟ ਆਏਗਾ ਡੀ ਸੀ ਮੈਂ ਉਹਨੂੰ ਨਹੀਂ ਛੱਡਿਆ ਕਿ ਜਾਂ ਛੱਡੋ ਕੋਈ ਗੱਲ ਨਹੀਂ ਦਿਸ਼ਾ ਕਮੇਟੀ ਦੀ ਮੀਟਿੰਗ ਤੁਸੀਂ ਵੇਖਿਆ ਹੋਣਾ ਦਿਸ਼ਾ ਕਮੇਟੀ ਦੀ ਮੀਟਿੰਗ ਹੁੰਦੀ ਹੈ ਡੀ ਸੀ ਦਾ ਪ੍ਰੋਟੋਕੋਲ ਦੇ ਮੁਤਾਬਕ ਡੀ ਸੀ ਬਾਹਰ ਸੀਫ ਦਾ ਵੀ ਆਉਂਦਾ ਚੇਅਰਮੈਨ ਦਿਸ਼ਾ ਕਮੇਟੀ ਉੱਥੇ ਨੇ ਪ੍ਰੋਟੋਕੋਲ ਫਾਲੋ ਕੀਤਾ ਨਾ ਇਹਨਾਂ ਨੂੰ ਰਿਸੀਵ ਕਰਨਾ ਆ ਨਾ ਇਹਨਾਂ ਨੂੰ ਸੀ ਆਊਟ ਕਰਨਾ ਨਾ ਇਗਨੋਰ ਕੀਤਾ ਕਿ ਕੋਈ ਗੱਲ ਨਹੀਂ ਇਹਨੂੰ ਮੀਟਿੰਗ ਕਰਨਾ ਕੱਲ੍ਹ ਜੋ ਨਹੀਂ ਕੀਤਾ ਇਹਦੇ ਕੋਲ ਟਾਈਮ ਬਰਿੰਦਰ ਪਾੜਾ ਨੇ ਕਿਹਾ ਕਿ ਅਸੀਂ 12 ਵਜੇ ਤੁਹਾਡੇ ਆਫਿਸ 'ਚ ਭੁਪਿੰਦਰ ਸਿੰਘ ਰੰਧਾਵਾ ਪ੍ਰਤਾਪ ਬਾਜਵਾ ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਵਰਿੰਦਰ ਸਿੰਘ ਪਾੜਾ ਵਾਂਗੇ ਡੀ ਸੀ ਪਹੁੰਚਿਆ ਨਹੀਂ ਅਸੀਂ ਏ ਡੀ ਸੀ ਕੋਲ ਜਾ ਕੇ ਬੈਠੀ ਹਾਂ ਏ ਡੀ ਸੀ ਨੇ ਟੈਲੀਫੋਨ ਕੀਤਾ ਕਿ ਜੀ ਇਹ ਕੋਵਿਡ 20-25 ਮਿੰਟ ਬਾਅਦ ਆਇਆ ਇਹਦੇ 'ਚ ਮੇਰੇ ਤੋਂ ਹੀ ਕੀਤੀ ਸਾਡੀ ਸਾਰਿਆਂ ਅਸੀਂ ਪਰਸੋਂ ਇਸੇ ਡੀ ਸੀ ਨੂੰ ਮੈਂ ਅਤੇ ਪ੍ਰਤਾਪ ਬਾਜਵੇ ਨੇ ਦੋ ਵਾਰੀ ਟੈਲੀਫੋਨ ਕੀਤੇ ਕਿ ਐਕਸੀਡੈਂਟ ਹੋ ਗਿਆ ਜਿਹੜਾ ਕੱਲ ਬੱਸ ਕਾਦੀਆਂ ਰੋਡ ਤੇ ਅਸੀਂ ਉਹਦੇ ਲਈ ਕੀਤਾ ਕਿ ਡੀ ਸੀ ਸਾਹਿਬ ਇਹਨਾਂ ਦੇ ਇਲਾਜ ਦਾ ਕੀ ਇੰਤਜ਼ਾਮ ਕਰ ਰਹੇ ਸਿਵਲ ਹਸਪੀਟਲ ਉੱਥੇ ਸਿਵਲ ਸਰਜਨ ਬੈਠਾ ਉੱਥੇ ਐਸ ਐਮ ਓ ਬੈਠਾ ਉੱਥੇ ਸਾਰੀ ਪ੍ਰੈਸ ਬੈਠੀ ਹੈ ਮੇਰੇ ਖਿਆਲ ਤੁਸੀਂ ਵੀ ਸੀ ਤੁਹਾਡੇ ਸਾਹਮਣੇ ਕੀਤਾ ਡੀ ਸੀ ਨੂੰ ਉੱਥੇ ਅਸੀਂ ਇਹਨਾਂ ਟੈਲੀਫੋਨ ਡੀ ਸੀ ਨੇ ਸਾਡੇ ਦੋਨਾਂ ਦਾ ਟੈਲੀਫੋਨ ਚੁੱਕਣ ਦੀ ਹਿੰਮਤ ਨਹੀਂ ਕੀਤੀ ਇਹਨੇ ਕੀਤਾ ਹੀ ਨਹੀਂ ਉਹਦੇ ਬਾਅਦ ਚੀਫ ਸੈਕਟਰੀ ਸਾਹਿਬ ਨੂੰ ਕੀਤਾ ਉਹਨਾਂ ਦਾ ਧੰਨਵਾਦ ਉਹਨਾਂ ਟੈਲੀਫੋਨ ਚੁੱਕਿਆ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਆਰਡਰ ਪਾਸ ਕਰ ਲਿਆ ਅਤੇ ਉਹਨਾਂ ਨੂੰ ਪੇਸ਼ੈਂਟ ਦੇ ਇਮੀਡੀਏਟਲੀ ਦਿੱਤਾ ਉਹਨਾਂ ਦਾ ਐਕਸਟੈਂਸ਼ਨ ਕਰ ਦਿੱਤਾ ਉਹਦੇ ਬਾਅਦ ਸਰਦਾਰ ਪ੍ਰਤਾਪ ਸਿੰਘ ਬਾਦਲ ਨੇ ਪ੍ਰੈਸ ਦੇ ਸਾਹਮਣੇ ਅਤੇ ਉਹਨਾਂ ਨੂੰ ਹੈਲਥ ਮਿਨਿਸਟਰ ਸਾਹਿਬ ਕੀਤਾ ਉਹਨਾਂ ਦੇ 2 ਮਿੰਟ ਬਾਅਦ ਉਹਨਾਂ ਨੂੰ ਕੀ ਕਹਿੰਦਾ ਲਓ ਜੀ ਗੱਲ ਕਰੋ ਉਹਨਾਂ ਨਾਲ ਗੱਲ ਹੋਈ ਉਹਨਾਂ ਸਾਰੇ ਹੀ ਉਹ ਚੀਜ਼ ਕੀਤੀ ਔਰ ਇਸ ਡੀ ਸੀ ਨੇ ਜਿੱਥੇ ਐਕਸਪੈਕਟ ਹੋਇਆ ਕਿ ਡੀ ਸੀ ਨੇ ਨਹੀਂ ਕੀਤਾ ਕਿ ਮੈਂ ਇੱਕ ਵਾਰੀ ਨਹੀਂ ਹੋਇਆ ਇਹਨੇ ਕਈ ਵਾਰੀ ਸਾਡੇ ਟੈਲੀਫੋਨ ਪਰਸੋਂ ਕੀਤਾ ਪਰਸੋਂ ਨੇ ਚੁੱਕਣ ਕਰ ਕਿਹਾ ਮੈਂ ਡੀ ਸਭ ਨੂੰ ਜਿਹੜੇ ਟੈਲੀਫੋਨ ਚੁੱਕਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇੰਨੀ ਕਿਹੜੀ ਗੱਲ ਉੱਥੇ ਗੱਲ ਚੱਲ ਪਈ ਕਿ ਜੀ ਨਹੀਂ ਜੀ ਅਸੀਂ ਠੀਕ ਕਰਾਂਗੇ ਮੈਂ ਜਿਹਦਾ ਮਤਲਬ ਤੁਸੀਂ ਇਨਸਾਫ ਨਹੀਂ ਦੇਣਾ ਮੂੰਹ ਵਰ ਵੇਖੀ ਜਾਣਾ ਫਿਰ ਜਾਈਏ ਕਹਿੰਦਾ ਜਾਓ ਜੀ ਮੈਂ ਵੀ ਸਰਕਾਰੀ ਕੰਮ ਕਰਨੇ ਯਾਰ ਇਹ ਹੁੰਦਾ ਇਹ ਦਾ ਐਟੀਟਿਊਡ ਉਹ ਕਹਿੰਦਾ ਜੀ ਤੁਹਾਡਾ ਦਫ਼ਤਰ ਆ ਇਹ ਮੈਂ ਸਪੀਕਰ ਲੋਕ ਸਭਾ ਦੇ ਕੋਲ ਦੀ ਕੰਪਲੇਂਟ ਪਾਈ ਆ ਔਰ ਉੱਥੇ ਮੈਂ ਹੁਣ ਆਪ ਦੇਣ ਜਾ ਰਿਹਾ ਸਪੀਕਰ ਨਾਲ